ਸਤਿ ਸ਼੍ਰੀ ਅਕਾਲ ਮੈਂ ਸ਼ਰਨ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਅੰਬਾਲਾ ਹਰਿਆਣਾ ਦੇ ਹੈੱਡ ਆਫਿਸ ਤੋਂ ਜਿੱਦਾਂ ਕਿ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਇਨਫੋਰਮੇਸ਼ਨਸ ਵੀਡੀਓਜ਼ ਦੇ ਰਾਹੀਂ ਸ਼ੇਅਰ ਕੀਤੀਆਂ ਅੱਜ ਮੈਂ ਫਿਰ ਇੱਕ ਵਾਰ ਤੁਹਾਡੇ ਨਾਲ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੀ ਕੈਨੇਡਾ ਸਟੱਡੀ ਵੀਜ਼ਾ ਤੋਂ ਰਿਲੇਟਡ ਮਾਰਕੀਟ 'ਚ ਬੱਚਿਆਂ ਦੇ ਮਾਈਂਡ 'ਚ ਬਹੁਤ ਕੁਐਸਚਨਸ ਨੇ ਕਿ ਆਉਣ ਵਾਲੇ ਟਾਈਮ 'ਚ ਜਾਂ ਹੁਣੇ ਬੈਂਡ ਰਿਕੁਆਇਰਮੈਂਟ ਵੱਧ ਗਈ ਹੈ ਜਾਂ ਸਾਡਾ ਫੀਸ ਸਟਰਕਚਰ ਦਾ ਪ੍ਰੋਸੈਸ ਚੇਂਜ ਹੋ ਗਿਆ ਐਪਲੀਕੇਸ਼ਨ ਫਾਰਮਸ ਦੇ ਚੇਂਜ ਹੋ ਗਿਆ ਉਹਨ ਬੱਚਿਆਂ ਲਈ ਇਹ ਵੀਡੀਓ ਬਹੁਤ ਹੀ ਯੂਸਫੁਲ ਰਹੇਗੀ ਯੈਸ ਕੈਨੇਡਾ 'ਚ ਸਟੱਡੀ ਵੀਜ਼ਾ ਤੋਂ ਰਿਲੇਟਡ ਆਉਣ ਵਾਲੇ ਟਾਈਮ 'ਚ SPP ਪ੍ਰੋਗਰਾਮ ਰਿਪਲੇਸ ਹੋ ਜਾਏਗਾ SDS ਪ੍ਰੋਗਰਾਮ ਨਾਲ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਵੀ ਉਹ 100% ਰਿਪਲੇਸ ਹੋ ਜਾਏਗਾ SPP ਔਰ SDS ਦੋਨੋਂ ਨਾਲ ਨਾਲ ਚੱਲਣਗੇ ਜਾਂ ਉਹ ਪੂਰੀ ਤਰੀਕੇ ਨਾਲ ਰਿਪਲੇਸ ਹੋ ਜਾਏਗਾ ਇਹਦੇ ਲਈ ਹਲੇ ਕੋਈ ਨੋਟੀਫਿਕੇਸ਼ਨਸ ਨਹੀਂ ਆਈ ਲੇਕਿਨ ਨੈਚੁਰਲੀ ਆਉਣ ਵਾਲੇ ਟਾਈਮ 'ਚ SDS ਪ੍ਰੋਗਰਾਮ ਦੀ ਐਗਜ਼ਿਸਟੈਂਸ ਜ਼ਰੂਰ ਰਹੇਗੀ ਅੱਜ ਆਪਾਂ ਜੇ ਗੱਲ ਕਰੀਏ ਜਿੱਦਾਂ ਕਿ SPP ਪ੍ਰੋਗਰਾਮ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ 'ਚ ਬੱਚਾ ਫਾਈਲ ਲਾਉਂਦਾ 6 ਬੈਂਡਸ ਨੋਟ ਲੈਸ ਦੈਨ 5.5 ਬੈਂਡਸ ਉਹਦੇ ਨਾਲ ਵੀ ਬੱਚਿਆਂ ਦੇ ਵੀਜ਼ਾਜ਼ ਆ ਰਹੇ ਨੇ ਬਟ SDS ਦੀ ਆਪਾਂ ਜੇ ਗੱਲ ਕਰੀਏ ਸਟੱਡੀ ਡਾਇਰੈਕਟ ਸਟ੍ਰੀਮ 'ਚ ਬੱਚਿਆਂ ਲਈ IELTS ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਵੱਧ ਜਾਏਗੀ 6 ਬੈਂਡਸ ਹੋ ਜਾਏਗੀ ਨੋਟ ਲੈਸ ਦੈਨ 6 ਇੱਕ ਵੀ ਮੋਡਿਊਲ 'ਚ ਜੇ ਬੱਚੇ ਦੇ 6 ਤੋਂ ਵੀ ਲੈਸ ਬੈਂਡਸ ਹੋਏ ਵੀਜ਼ਾ ਨਹੀਂ ਆਉਣਾ ਫਾਈਲਸ ਕਾਲਜਸ ਨੇ ਨਹੀਂ ਲੈਣੀ ਅਤੇ ਮੇਕ ਸ਼ੋਰ ਕਿ ਜਿਹੜੀ ਤੁਹਾਡੀ ਬੈਂਡ ਰਿਕੁਆਇਰਮੈਂਟ ਹੈ ਉਹ 6 ਬੈਂਡਸ ਹੋਵੇ ਓਵਰਆਲ 6 ਬੈਂਡਸ ਨੋਟ ਲੈਸ ਦੈਨ 6 ਇਹੀ ਇੱਕ SPP ਦੀ ਅਸੀਂ ਗੱਲ ਕਰੀਏ ਕਿ ਅੱਜ ਦੇ ਡੇਟ 'ਚ ਬੱਚਿਆਂ ਦੇ 50% ਮਾਰਕਸ ਦੇ ਨਾਲ ਵੀ ਵੀਜ਼ਾਜ਼ ਆ ਰਹੇ ਨੇ ਕਾਲਜਿਸ ਬੱਚਿਆਂ ਨੂੰ ਐਕਸੈਪਟ ਕਰ ਰਹੇ ਨੇ ਐਮਬੈਸੀ ਵੀਜ਼ਾਜ਼ ਦੇ ਰਹੀ ਹੈ ਬਟ SDS ਪ੍ਰੋਗਰਾਮ 'ਚ ਜੇ ਆਪਾਂ ਗੱਲ ਕਰੀਏ ਕੁਛ ਟੈਕਨੀਕਲ ਪ੍ਰੋਗਰਾਮਸ ਇਹੋ ਜਿਹੇ ਰਹਿਣਗੇ ਜਿਹਦੇ ਲਈ ਰਿਕੁਆਇਰਮੈਂਟ ਜੋ ਹੋਏਗੀ ਤੁਹਾਡੀ 60% ਤੱਕ ਚਲੀ ਜਾਏਗੀ ਫੀਸ ਸਟਰਕਚਰ ਦੀ ਆਪਾਂ ਗੱਲ ਕਰੀਏ ਫੀਸ ਸਟਰਕਚਰ SPP 'ਚ ਈਜ਼ੀ ਹੈਗਾ ਵਾ ਫੀਸ ਸਟਰਕਚਰ ਸਟਾਰਟਿੰਗ 'ਚ ਬੱਚੇ ਨੂੰ 6 ਮੰਥਸ ਦੀ ਫੀ ਪੇ ਕਰਨੀ ਹੁੰਦੀ ਹੈ ਇੱਕ ਸਮੈਸਟਰ ਦੀ ਬੱਚਾ ਇੱਥੋਂ ਫੀ ਪੇ ਕਰਕੇ ਜਾਂਦਾ ਵਾ ਪਰ SDS ਪ੍ਰੋਗਰਾਮ 'ਚ ਬੱਚੇ ਨੂੰ ਪੂਰੇ 1 ਸਾਲ ਦੀ ਫੀ ਪੇ ਕਰਨੀ ਪਏਗੀ ਜਿਹਦਾ ਇੱਕ ਬਰਡਨ ਹੈਗਾ ਵਾ ਉਹ ਪੇਰੈਂਟਸ 'ਤੇ ਨੈਚੁਰਲੀ ਵੱਧ ਜਾਣਾ ਵਾ ਜਿੱਥੇ ਪੇਰੈਂਟਸ ਨੇ 6 ਮਹੀਨੇ ਦੀ ਫੀਸ ਦੇਣੀ ਹੈ ਉੱਥੇ ਪੇਰੈਂਟਸ ਨੂੰ ਸਾਲ ਦੀ ਫੀ ਪੇ ਕਰਨੀ ਪਏਗੀ ਠੀਕ ਹੈ ਇਸ ਕਰਕੇ ਮੈਂ ਬੱਚਿਆਂ ਨੂੰ ਸੁਜੈਸਟ ਕਰਨਾ ਚਾਹਾਂਗੀ ਕਿ ਵੀ ਆਉਣ ਵਾਲੇ ਟਾਈਮ ਤੱਕ ਵੇਟ ਕਰਨ ਤੋਂ ਵਧੀਆ ਹੈਗਾ ਵਾ ਤੁਸੀਂ ਸੈਪਟੈਂਬਰ ਇਨਟੇਕਸ ਲਈ ਆਪਣੀ ਫਾਈਲਸ ਲਗਾਓ ਸੈਪਟੈਂਬਰ ਇਨਟੇਕ ਲਈ ਤੁਸੀਂ ਜੇ ਹੁਣੀ ਅਪਲਾਈ ਕਰਦੇ ਹੋ ਆਫਰ ਲੈਟਰ ਲਈ ਤਾਂ ਤੁਹਾਡਾ ਜਿਹੜਾ ਜੇ ਬਾਈ ਚਾਂਸ ਫਿਊਚਰ ਰੂਲਸ ਚੇਂਜ ਹੁੰਦੇ ਵੀ ਆ ਤੁਹਾਡੇ 'ਤੇ ਇਹੀ ਰੂਲਸ ਐਪਲੀਕੇਬਲ ਰਹਿਣਗੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਫੀਸ ਸਟਰਕਚਰ ਵੀ ਵੱਧ ਜੂਗਾ ਤੁਹਾਡੇ ਲਈ ਬੈਂਚ ਰਿਕੁਆਇਰਮੈਂਟਸ ਵੀ ਵੱਧ ਜਾਣਗੀਆਂ ਅਤੇ ਤੁਹਾਡੇ ਲਈ ਇਹੀ ਰਿਕੁਐਸਟ ਮੇਰੀ ਤਰਫੋਂ ਰਹੇਗੀ ਕਿ ਤੁਸੀਂ ਹੁਣੀ SPP ਪ੍ਰੋਗਰਾਮ ਵਿੱਚ ਜੋ ਹੈ ਆਪਣੀ ਫਾਈਲਸ ਜਿਹੜੀ ਹੈ ਉਹ ਲਗਾਓ ਤਾਂ ਕਿ ਤੁਹਾਡਾ ਜਿਹੜਾ ਹੈਗਾ ਸਟ੍ਰਿਕਨੈਸ ਤੋਂ ਇਲਾਵਾ ਹਟ ਕੇ ਜਿਹੜਾ ਈਜ਼ੀ ਪ੍ਰੋਸੈਸ 'ਚ ਤੁਹਾਡੀ ਫਾਈਲ ਲੱਗ ਸਕੇ ਬਾਕੀ SDS SPP ਜਾਂ ਹੋਰ ਵੀ ਸਟੱਡੀ ਵੀਜ਼ਾ ਤੋਂ ਰਿਲੇਟਡ ਤੁਸੀਂ ਜੋ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਆਫਿਸ ਅੰਬਾਲਾ ਹੈੱਡ ਆਫਿਸ 'ਚ ਵਿਜ਼ਿਟ ਕਰੋ ਜਾਂ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਥੈਂਕ ਯੂ